ਤੇ ਮੈਂ ਪਿੰਡਾਂ 'ਚੋਂ ਨਿਕਲਿਆ ਹੋਇਆ, ਆਪਾਂ ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ, ਆ ਰਿਸ਼ਤੇਦਾਰੀਆਂ ਨੇ ਆਪਣੀਆਂ, ਆਲੇ ਦੁਆਲੇ ਪਿੰਡਾਂ 'ਚ ਇੱਕੋ ਜਿਹੇ ਦੁੱਖ ਨੇ। ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ, ਜਿਹੜੀਆਂ ਦਿੱਕਤਾਂ ਸੇਖੇ ਜਲੂਰ ਨੇ ਉਹੀ ਸਤੌਜ ਕਨੀ ਨੇ, ਤੋਲਾ ਆਲਕਨੀ ਨੇ। ਅਸੀਂ ਕਿਹੜਾ ਕੈਲੀਫੋਰਨੀਆ 'ਚ ਰਹਿੰਦੇ ਹਾਂ, ਇੰਨਾ ਹੀ ਧੂੰਆਂ ਉੱਧਰ ਹੈ। ਅੱਜ ਰਾਸ਼ਟਰਪਤੀ ਦਾ ਜਹਾਜ਼ ਉੱਤਰੇ ਨਹੀਂ, ਐਂ ਚਲੇ ਗਏ। ਮੈਂ ਆ ਜਾਓ ਜਲ ਬਾਜੂ ਦੇਖਣ। ਜਿਹੜਾ ਪਾਕਿਸਤਾਨ 'ਚ ਪੰਜਾਬ ਹੈ ਉਹਦੀ ਮੁੱਖ ਮੰਤਰੀ ਹੈ ਮਰੀਅਮ, ਉਹ ਕਹਿੰਦੀ ਮੈਂ ਭਗਵੰਤ ਮਾਨ ਨੂੰ ਚਿੱਠੀ ਲਿਖੂੰਗੀ ਵੀ ਤੁਹਾਡਾ ਧੂੰਆਂ ਇੱਧਰ ਲਾਹੌਰ ਨੂੰ ਆਉਂਦਾ। ਮੈਂ ਕਿਹਾ ਇਹ ਕਹਿੰਦੇ ਦਿੱਲੀ ਨੂੰ ਆਉਂਦਾ, ਸਾਡੇ ਵਾਲਾ ਧੂੰਆਂ ਘੁੰਮੀ ਜਾਂਦਾ ਹੈ। ਯੂਪੀ ਦਾ ਵੀ ਆ, ਹਰਿਆਣੇ ਦਾ ਵੀ ਆ, ਰਾਜਸਥਾਨ ਦਾ, ਮੱਧ ਪ੍ਰਦੇਸ਼ ਦਾ, ਸਾਰੇ ਦੇਸ਼ ਦੀ ਸਮੱਸਿਆ ਬਹਿ ਕੇ ਹੱਲ ਕਰੋ। ਸਾਡੇ 'ਤੇ ਆ ਜਾਂਦੇ, ਜਿਹੜਾ ਆਉਂਦਾ ਸਾਡੇ 'ਤੇ ਆ ਜਾਂਦਾ। 500-700 ਰੁਪਇਆ ਸਰਕਾਰ ਵੱਲੋਂ ਮੈਂ ਪਾ ਦੂੰਗਾ, 1500 ਸੈਂਟਰ ਦੇ ਦੇ, 2000 ਰੁਪਇਆ ਕਿੱਲਾ ਤੁਸੀਂ ਜਦਾਂ ਪੈਸੇ ਦੇ ਦਿਓ, ਭਾਵੇਂ ਖੂਹ 'ਚ ਸਿੱਟੀਏ ਭਾਵੇਂ ਮਿੱਟੀ 'ਚ ਦੱਬੀਏ, ਨਹੀਂ ਫੂਕਦੇ। ਸਤਿ ਸ਼੍ਰੀ ਅਕਾਲ, ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਧੂੰਏ ਨੂੰ ਲੈ ਕੇ ਵੀ ਦੂਜੇ ਸੂਬਿਆਂ ਨੂੰ ਘੇਰਿਆ, ਖਾਸ ਤੌਰ ਦੇ ਉੱਤੇ ਉਹਨਾਂ ਨੇ ਗਵਾਂਢੀ ਮੁਲਕ ਪਾਕਿਸਤਾਨ ਦੀ ਗੱਲ ਵੀ ਕੀਤੀ ਹੈ ਕਿ ਉਹ ਵੀ ਕਹਿੰਦੇ ਨੇ ਕਿ ਪੰਜਾਬ ਦਾ ਧੂੰਆਂ ਸਾਡੇ ਵੱਲ ਆ ਰਿਹਾ, ਅਤੇ ਦਿੱਲੀ ਵਾਲੇ ਕਹਿੰਦੇ ਨੇ ਕਿ ਪੰਜਾਬ ਦਾ ਧੂੰਆਂ ਸਾਡੇ ਵੱਲ ਆ ਰਿਹਾ, ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਜੀ ਕਸਿਆ ਹੈ, ਕਹਿੰਦੇ ਸਾਡੇ ਵਾਲਾ ਧੂੰਆਂ ਤਾਂ ਫਿਰ ਘੁੰਮੀ ਹੀ ਜਾਂਦਾ ਹੈ। ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਮਾਨ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਆਪਾਂ ਆਏ ਹਾਂ ਕੰਮ ਕਰਨ ਇਸ ਸੱਥ 'ਚ, ਮੈਂ ਪਹਿਲਾਂ ਵੀ ਆਇਆ 14 ਵੇਲੇ ਦਾ, ਆਹ 14 ਵਾਲੇ ਭਮੱਕੜ ਬੈਠੇ ਆ, ਮੂਹਰੇ ਮੋਟਰਸਾਈਕਲ ਲੱਗਿਆ ਹੁੰਦਾ ਸੀ, ਰਾਤ ਨੂੰ ਵੀ ਆਇਆ, ਇੱਕ ਦਿਨ ਲੇਟ ਹੋ ਗਏ ਸੀ, ਸ਼ਾਮ ਨੂੰ ਵੀ ਆਇਆ, ਇੱਕ ਦਿਨ ਬੱਸਾਂ ਇੱਧਰ ਦੀ ਕੱਢੀ ਜਾਂਦੇ ਸੀ, ਉਦੋਂ ਆਹ ਬਣਦਾ ਸੀ ਸੜਕ ਦੀ, ਉੱਥੇ ਗਲੀ 'ਚ ਉੱਥੇ ਵੀ ਆਇਆ। ਸੋ ਮੈਨੂੰ ਪਿੰਡਾਂ ਦੀਆਂ ਗਲੀਆਂ ਦਾ, ਪਿੰਡਾਂ ਦੇ ਨਕਸ਼ਿਆਂ ਦਾ ਪਤਾ ਹੈ। ਇਸੇ ਕਰਕੇ ਕੰਮ ਹੋ ਰਹੇ ਨੇ, ਕਿਉਂਕਿ ਜੇ ਡਾਕਟਰ ਨੂੰ ਇਹੀ ਨਾ ਪਤਾ ਹੋਵੇ ਕਿ ਬਿਮਾਰੀ ਕੀ ਹੈ, ਫਿਰ ਦਵਾਈ ਕੀ ਦੇਊਗਾ ਉਹ। ਅਤੇ ਮੈਂ ਪਿੰਡਾਂ 'ਚੋਂ ਨਿਕਲਿਆ ਹੋਇਆ, ਆਪਾਂ ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ, ਆ ਰਿਸ਼ਤੇਦਾਰੀਆਂ ਨੇ ਆਪਣੀਆਂ, ਆਲੇ ਦੁਆਲੇ ਪਿੰਡਾਂ 'ਚ ਇੱਕੋ ਜਿਹੇ ਦੁੱਖ ਨੇ। ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ, ਜਿਹੜੀਆਂ ਦਿੱਕਤਾਂ ਸੇਖੇ ਜਲੂਰ ਨੇ ਉਹੀ ਸਤੌਜ ਕਨੀ ਨੇ, ਤੋਲਾ ਆਲਕਨੀ ਨੇ। ਅਸੀਂ ਕਿਹੜਾ ਕੈਲੀਫੋਰਨੀਆ 'ਚ ਰਹਿੰਦੇ ਹਾਂ, ਇੰਨਾ ਹੀ ਧੂੰਆਂ ਉੱਧਰ ਹੈ। ਅੱਜ ਰਾਸ਼ਟਰਪਤੀ ਦਾ ਜਹਾਜ਼ ਉੱਤਰੇ ਨਹੀਂ, ਐਂ ਚਲੇ ਗਏ। ਮੈਂ ਆ ਜਾਓ ਜਲ ਬਾਜੂ ਦੇਖਣ, ਸਾਡੇ 'ਤੇ ਉਹ ਲਾਈ ਜਾਂਦੇ ਰਹਿੰਦੇ ਹੋ। ਸਾਡਾ ਕੀ ਕਸੂਰ ਹੈ 'ਚ? ਪਾਕਿਸਤਾਨ ਵਾਲੇ ਉਹ ਪਾਕਿਸਤਾਨ ਦੀ, ਜਿਹੜਾ ਪਾਕਿਸਤਾਨ 'ਚ ਪੰਜਾਬ ਹੈ ਉਹਦੀ ਮੁੱਖ ਮੰਤਰੀ ਹੈ ਮਰੀਅਮ, ਉਹ ਕਹਿੰਦੀ ਮੈਂ ਭਗਵੰਤ ਮਾਨ ਨੂੰ ਚਿੱਠੀ ਲਿਖੂੰਗੀ ਵੀ ਤੁਹਾਡਾ ਧੂੰਆਂ ਇੱਧਰ ਲਾਹੌਰ ਨੂੰ ਆਉਂਦਾ। ਮੈਂ ਕਿਹਾ ਇਹ ਕਹਿੰਦੇ ਦਿੱਲੀ ਨੂੰ ਆਉਂਦਾ, ਸਾਡੇ ਵਾਲਾ ਧੂੰਆਂ ਘੁੰਮੀ ਜਾਂਦਾ ਹੈ, ਸਾਡੇ 'ਤੇ ਲਾਈ ਜਾਂਦੇ ਹੋ। ਸਾਰਾ ਯੂਪੀ ਦਾ ਵੀ ਆ, ਹਰਿਆਣੇ ਦਾ ਵੀ ਆ, ਰਾਜਸਥਾਨ ਦਾ, ਮੱਧ ਪ੍ਰਦੇਸ਼ ਦਾ, ਸਾਰੇ ਦੇਸ਼ ਦੀ ਸਮੱਸਿਆ ਬਹਿ ਕੇ ਹੱਲ ਕਰੋ। ਸਾਡੇ 'ਤੇ ਆ ਜਾਂਦੇ, ਜਿਹੜਾ ਆਉਂਦਾ ਸਾਡੇ 'ਤੇ ਆ ਜਾਂਦਾ। ਸੋ ਵੀਰੋ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ, ਇਸ ਕਰਕੇ ਮੈਂ ਉਹਨਾਂ ਮੂਹਰੇ ਸਮੱਸਿਆ ਦੱਸ ਸਕਦਾ। ਮੈਂ ਕਿਹਾ ਜੀ ਫਸਲਾਂ, ਕਹਿੰਦੇ ਪਰਾਲੀ ਕਾ ਕਿਆ ਹੱਲ ਹੈ। ਮੈਂ ਕੋਈ ਹੱਲ ਨਹੀਂ, ਜਾਂ ਤਾਂ ਪੈਸੇ ਦੇ ਦਿਓ, ਪੈਸੇ ਦੇ ਦਿਓ ਵੀ 2000 ਰੁਪਇਆ ਕਿੱਲਾ ਅਸੀਂ ਪਰਾਲੀ, ਚਲੋ ਐਂ ਕਰਦਾ 500-700 ਰੁਪਇਆ ਸਰਕਾਰ ਵੱਲੋਂ ਮੈਂ ਪਾ ਦੂੰਗਾ,
1500 ਸੈਂਟਰ ਦੇ ਦੇ, 2000 ਰੁਪਇਆ ਕਿੱਲਾ ਤੁਸੀਂ ਜਦਾਂ ਪੈਸੇ ਦੇ ਦਿਓ, ਭਾਵੇਂ ਖੂਹ 'ਚ ਸਿੱਟੀਏ ਭਾਵੇਂ ਮਿੱਟੀ 'ਚ ਦੱਬੀਏ ਨਹੀਂ ਫੂਕਦੇ। ਕਹਿੰਦੇ ਨਹੀਂ ਪੈਸੇ ਤੋਂ ਹੈ ਨਹੀਂ, ਫਿਰ ਮੈਂ ਕੀ ਕਰੀਏ ਜੀ ਫਿਰ। ਕਹਿੰਦੇ ਕਿਉਂ ਆਗ ਜਲਤੀ ਹੈ? ਮੈਂ ਕਿਹਾ ਜੀ ਸਭ ਤੋਂ ਵੱਡਾ ਕਾਰਨ ਹੈ 10 ਦਿਨ ਨੇ ਵਿੱਚ, ਪਹਿਲੀ ਫਸਲ ਖਤਮ ਅਗਲੀ ਬੀਜਣ ਤੱਕ 10 ਦਿਨ ਨੇ, ਵੱਧ ਤੋਂ ਵੱਧ 12-15 ਨੇ ਕਣਕ ਬੀਜਣ। ਕੀ ਕਰੀਏ 15 ਦਿਨਾਂ 'ਚ ਕੀ ਕਰ ਲਾਂਗੇ ਉਹਦਾ? ਕਹਿੰਦੇ ਨਹੀਂ ਪ੍ਰੇਰਿਤ ਕਰੀਏ ਆਪ। ਮੈਂ ਕਿਹਾ ਜੀ ਕੀ ਮਤਲਬ? ਆਪ ਪ੍ਰੇਰਿਤ ਕਰੀਏ ਨਾ ਕਿਸਾਨੋਂ ਕੋ, ਦੀਵਾਰੋਂ ਪਰ ਲਿਖਵਾਈਏ, ਅਖਬਾਰੋਂ ਮੇਂ ਐਡ ਦੀਜੀਏ, ਟੀਵੀ ਪਰ ਯੇ ਬੁਲਵਾਈਏ ਕਿ ਪਰਾਲੀ ਮਤ ਜਲਾਓ। ਮੈਂ ਕਿਹਾ ਜੀ ਪਤਾ ਨਹੀਂ, ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ, ਮੈਂ ਤਾਂ ਇਹੀ ਪੜ੍ਹੀ ਜਾਂਦਾ ਬੱਸਾਂ 'ਤੇ ਲਿਖਿਆ ਹੈ ਦੁਲਹਨ ਹੀ ਦਹੇਜ ਹੈ, ਬੱਚੇ ਦੋ ਹੀ ਅੱਛੇ। ਮੈਂ ਕਿਹਾ ਹੋ ਗਏ ਪ੍ਰੇਰਿਤ ਲੋਕ? ਘੱਟ ਗਈ ਆਬਾਦੀ ਆਪਣੀ, ਦਾਜ ਲੈਣੋਂ ਹਟ ਗਏ, ਪ੍ਰੇਰਿਤ ਪ੍ਰੂਰਤ ਨਹੀਂ ਆਏ ਹੋਣੇ। ਮੈਂ ਕਿਹਾ ਪੈਸੇ ਦਿਓ ਜੇ ਗੱਲ ਨਹੀਂ ਬਾਤ ਨਹੀਂ ਬਸ, ਜਾਂ ਸਾਨੂੰ ਕੋਈ ਫਸਲ ਹੈ ਜੀ ਦੇ ਦਿਓ ਜਿਹਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ। ਸਿੱਧੀ ਜੀ ਗੱਲ ਹੈ, ਜੇ ਮੇਰੇ ਕੋਲ 8 ਕਿੱਲੇ ਨੇ, ਜੇ ਮੈਥੋਂ ਤੁਸੀਂ 4 ਕਿੱਲੇ ਮੱਕੀ ਦੇ ਬਜਾ ਲਏ, 4 ਕਿੱਲੇ ਝੋਨੇ ਦੇ ਬਜਵਾ ਲਏ, ਜੀਰੀ ਦੇ ਜਿੰਨੇ ਮੈਨੂੰ ਜੀਰੀ 'ਚੋਂ ਬਚਦੇ ਨੇ ਓਨੀ ਮੈਨੂੰ ਮੱਕੀ 'ਚੋਂ ਬਚਣੇ ਚਾਹੀਦੇ ਹੈ। ਜੇ ਮੱਕੀ 'ਚੋਂ ਘੱਟ ਬਚਦੇ ਨੇ ਪੂਰੇ ਕਰ ਦਿਓ ਫਿਰ, ਜਾਂ ਵੀ ਝੋਨੇ 'ਚੋਂ 4 ਕਿੱਲਿਆਂ 'ਚੋਂ ਮੈਨੂੰ 1 ਲੱਖ ਬਚ ਗਿਆ, ਮੱਕੀ ਨਾਲ ਮੈਨੂੰ 80,000 ਬਚਿਆ, ਅਤੇ ਮੇਰਾ 20,000 ਪੂਰਾ ਕਰ ਦਿਓ। ਜੇ 20,000 ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ 8 ਦੇ 8 ਅਗਲੀ ਵਾਰ ਫਿਰ ਝੋਨਾ ਲਾਊਂ। ਜੇ ਕਰ ਦੋਗੇ ਤਾਂ ਅਸੀਂ ਤਾਂ ਆਪ ਖੜਾ ਛਡਾਉਣ ਨੂੰ ਫਿਰਦੇ ਹਾਂ, ਕਿੱਥੇ ਇੰਨਾ ਪਾਣੀ ਹੈ, ਕਿੱਥੇ ਸਪਰੇਆਂ ਨੇ ਇੰਨੀਆਂ, ਅਸੀਂ ਤਾਂ ਆਪ ਖੜਾ ਛਡਾਉਣ ਨੂੰ ਫਿਰਦੇ ਹਾਂ। ਨਾਲੇ ਚੌਲ ਤਾਂ ਆਪਣੀ ਖੁਰਾਕ ਵੀ ਨਹੀਂ, 10ਵੀਂ ਵਾਲੇ ਦਿਨ ਖੀਰ ਹੀ ਬਣਾਉਂਦੇ ਹਾਂ ਮਹੀਨੇ ਬਾਅਦ। ਅਸੀਂ ਤਾਂ ਮੁਲਕ ਨੂੰ ਦਿੰਦੇ ਹਾਂ ਜੀ ਚੌਲ, ਇਹ ਸਾਡਾ ਤਾਂ ਪਾਣੀ ਵੀ ਥੱਲੋ ਧਰਤੀ 'ਚੋਂ ਖਤਮ ਹੋ ਗਿਆ, ਦੱਸੋ ਕੀ ਕਰੀਏ ਅਸੀਂ? ਸੋ ਇਹਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ, ਐਂ ਗੱਲਾਂ ਪਰਚੇ ਕਰ ਦਿਓ ਜੀ, ਉਹ ਕਰ ਦਿਓ ਜੀ, ਤੀਜੇ ਦਿਨ ਆਰਡਰ ਦੇ ਦਿੰਦੇ ਆ, ਇਹ ਐਂ ਨਹੀਂ ਹੋਣਾ। ਦੱਸ ਦੇ ਕਿ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਕੇਂਦਰ ਸਰਕਾਰ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ, ਪਰ ਕੇਂਦਰ ਸਰਕਾਰ ਨੇ ਉਸ ਮੰਗ ਨੂੰ ਠੁਕਰਾ ਦਿੱਤਾ ਅਤੇ ਹੁਣ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਹਾਲਾਂਕਿ ਪਿਛਲੇ ਸਾਲਾਂ ਦੇ ਅੰਕੜੇ ਦੇਖੀਏ ਤਾਂ ਉਹਨਾਂ ਦੇ ਮੁਤਾਬਕ ਇਸ ਵਾਰ ਬਹੁਤ ਘੱਟ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਨੇ, ਪਰ ਫਿਰ ਵੀ ਪ੍ਰਦੂਸ਼ਣ ਜ਼ਰੂਰ ਹੋ ਰਿਹਾ ਹੈ। AQI ਯਾਨੀ ਕਿ ਏਅਰ ਕੁਆਲਿਟੀ ਇੰਡੈਕਸ ਦੇ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਵਾ ਦੀ ਜਿਹੜੀ ਸਥਿਤੀ ਆ ਉਹ ਕਾਫੀ ਖਰਾਬ ਚੱਲ ਰਹੀ ਆ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਦਾ ਕੀ ਪ੍ਰਬੰਧਨ ਹੁੰਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ,
D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।